ਸਤਿ ਸ਼੍ਰੀ ਅਕਾਲ ਜੀ। ਚੰਗੀ ਜਾਣਕਾਰੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਖੇਤਰਪਾਲ ਜੀ ਦਾ, ਜੋ ਮੰਦਿਰ ਬਣਿਆ ਹੈ ਪਿੰਡ ਦੋਦੇ ਦੇ ਵਿੱਚ। ਉੱਥੇ ਅੱਜ ਬਾਬੇ ਜੀ ਦਾ ਭੰਡਾਰਾ ਕਰਾਇਆ ਗਿਆ ਸੀਗਾ। ਇਹ ਭੰਡਾਰਾ ਹਰ ਸਾਲ ਭਾਦੋਂ ਦੀ ਪੁੰਨਿਆ ਵਾਲੇ ਦਿਨ, ਮੱਸੇ ਵਾਲੇ ਦਿਨ ਕੀਤਾ ਜਾਂਦਾ, ਅਤੇ ਜਿੱਥੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਬਾਬੇ ਦੇ ਦਰਸ਼ਨ ਮੇਲੇ ਕਰਨ ਪਹੁੰਚਦੇ ਨੇ। ਅਤੇ ਸੇਵਾਦਾਰਾਂ ਵੱਲੋਂ ਸੰਗਤ ਦੇ ਲਈ ਜਲੇਬੀਆਂ ਦਾ ਲੰਗਰ ਅਤੇ ਪ੍ਰਸ਼ਾਦਿਆਂ ਦਾ ਲੰਗਰ ਤਿਆਰ ਕੀਤਾ ਜਾਂਦਾ। ਜਿਹੜਾ ਆਪਾਂ ਅੱਗੇ ਗੱਲ ਕਰੀਏ ਕਮੇਟੀ ਦੀ, ਕਮੇਟੀ ਵਾਲਿਆਂ ਵੀਰਾਂ ਦਾ ਬਹੁਤ ਜ਼ਿਆਦਾ ਵੱਡਾ ਉਪਰਾਲਾ, ਜੋ ਕਿ ਘਰ ਘਰ ਤੋਂ ਗ੍ਰਾਹੀ ਕਰਕੇ ਸੰਗਤਾਂ ਵਾਸਤੇ ਜੋ ਬਾਬੇ ਜੀ ਦੇ ਜੋ ਭੰਡਾਰੇ ਕਰਦੀਆਂ ਨੇ। ਅਤੇ ਇੱਥੇ ਸੁਬਹਾ 7 ਵਜੇ ਤੋਂ ਲੈ ਕੇ ਸੰਗਤਾਂ ਨੇ ਦਰਸ਼ਨ ਮੇਲੇ ਸ਼ੁਰੂ ਹੋ ਜਾਂਦੇ ਨੇ, ਸ਼ਾਮ 7 ਵਜੇ ਤੱਕ ਚੱਲਦੇ ਨੇ। ਅਤੇ ਇਹ ਹਰ ਸਾਲ ਦੀ ਤਰ੍ਹਾਂ ਭੰਡਾਰਾ ਮਨਾਇਆ ਜਾਂਦਾ ਹੈ। ਕਾਫੀ ਸਮਾਂ 10-15 ਸਾਲ ਹੋ ਗਏ ਜੋ ਵੱਡੇ ਪ੍ਰਬੰਧ ਕਰਦਿਆਂ ਨੂੰ, ਸਾਰੀ ਕਮੇਟੀ ਦੇ ਨੂੰ, ਅਤੇ ਉਸ ਦੇ ਨਾਲ ਨਾਲ ਜੋ ਸੇਵਾਦਾਰ ਵੀਰ ਹੈ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ। ਸੰਗਤ ਤਾਂ ਪਹੁੰਚਦੀ ਆ ਅਤੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਨੇ। ਅਤੇ ਸੰਗਤ ਦੇ ਵਾਸਤੇ ਪ੍ਰਸ਼ਾਦਿਆਂ ਦਾ, ਨਿੰਬੂ ਪਾਣੀ ਅਤੇ ਜਲਾਂ ਦਾ ਕਈ ਲੰਗਰ ਲਾਏ ਗਏ। ਅਤੇ ਇੱਥੇ ਵੱਖ ਵੱਖ ਪਿੰਡ ਦੇ ਲੋਕ ਪਹੁੰਚੇ ਅਤੇ ਉਸ ਦੇ ਨਾਲ ਸੇਵਾਦਾਰਾਂ ਨੇ ਸੇਵਾ ਕੀਤੀ, ਭਾਂਡਿਆਂ ਦੀ ਸੇਵਾ, ਪ੍ਰਸ਼ਾਦਿਆਂ ਦੀ ਸੇਵਾ, ਜੋੜਿਆਂ ਦੀ ਸੇਵਾ, ਬਹੁਤ ਜੋ ਸੇਵਾ ਸੀਗੀ ਕੀਤੀ। ਅਤੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਕਰ ਦਿਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੇਵਾਦਾਰ ਵੀਰ ਭਾਂਡਿਆਂ ਦੀ ਅਤੇ ਮਾਤਾ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਨੇ। ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬਾਬਾ ਖੇਤਰਪਾਲ ਜੀ ਸਾਰੇ ਸੇਵਾਦਾਰਾਂ ਦੀ ਸੇਵਾ ਲੇਖੀ ਲਾਵੇ। ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਚੈਨਲ ਨੂੰ ਫੋਲੋ ਕਰ ਲਿਓ ਅਤੇ ਕਮੇਟੀ ਵਾਲੇ ਵੀਰਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਖੜ੍ਹੇ ਹਾਂ ਪਿੰਡ ਦੋਦਾ ਦੇ ਵਿੱਚ। ਅੱਜ ਇੱਥੇ ਬਾਬੇ ਖੇਤਰਪਾਲ ਜੀ ਦੇ ਭੰਡਾਰਾ ਸੀਗਾ ਅਤੇ ਸਾਰੀ ਕਮੇਟੀ ਖੜ੍ਹੀ ਆ, ਠੀਕ ਆ। ਇਹਨਾਂ ਦਾ ਬਹੁਤ ਬਹੁਤ ਪ੍ਰਬੰਧਕਾਂ ਦਾ, ਸਾਰੇ ਪ੍ਰਬੰਧਕ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ, ਠੀਕ ਆ। ਕੋਈ ਕਮੇਟੀ ਮੈਂਬਰ ਮੇਰੇ ਨਾਲ, ਉਹਨੂੰ ਪੁੱਛਦੇ ਹਾਂ ਵੀ ਬਾਬੇ ਦਾ ਜਿਹੜਾ ਦਿਨ ਹੈ ਕਿਹੜੇ ਦਿਨ ਮਨਾਇਆ ਜਾਂਦਾ ਅਤੇ ਕਿੰਨਾ ਟਾਈਮ ਹੋ ਗਿਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਜੀ ਜਿਹੜਾ ਇਹ ਦਿਨ ਆ ਕਿਹੜਾ, ਇਹ ਭਾਦੋ 'ਚ ਮਨਾਇਆ ਜਾਂਦਾ ਜੀ? ਭਾਦੋ 'ਚ ਆ ਜਾਂਦਾ ਜੀ, ਕਿਤੇ 13 ਭਾਦੋ ਲਾ ਗਿਆ, ਕਿਤੇ 15 ਭਾਦੋ ਲਾ ਗਿਆ, ਕਿਤੇ 14 ਭਾਦੋ ਲਾ ਗਿਆ। ਠੀਕ ਹੈ ਜੀ। ਜੋ ਸਾਡੀ ਸੁੱਤ ਅਸੈਂਬਲੀ ਹੈ ਇੱਥੇ ਪਹਿਲਾਂ ਤੋਂ ਪ੍ਰਸ਼ਾਦ ਚੌਂ ਕਢਾਇਆ ਕਰਦੇ ਸੀ। ਜੋ ਸਾਡੀ ਸੁੱਤ ਅਸੈਂਬਲੀ ਹੈ, ਬਾਬੇ ਦੀ ਕਿਰਪਾ ਨਾਲ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸੰਗਤ ਦੀ ਸੇਵਾ ਦੇ ਨਾਲ ਹੋਣ ਲੱਗ ਪਿਆ। ਪਿੰਡ ਦੇ ਸੰਯੋਗ ਨਾਲ ਜੋ ਪਿੰਡ ਦਾ ਤਿਲ ਫੁੱਲ ਹੈ ਉਹ ਭੰਡਾਰੇ ਦੇ ਵਿੱਚ ਪਿਆ। ਤੇ ਇਹਦੇ ਵਿੱਚ ਕਿੰਨਾ ਕੁ ਵੀ ਇਕੱਠ ਹੋ ਜਾਂਦਾ ਜੀ ਅੰਦਾਜ਼ਾ ਆਪਾਂ ਲਾ ਲਈਏ? ਇਕੱਠ ਤਾਂ ਜੀ ਸੁਬਹਾ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਦੇ ਤੱਕ ਪਤਾ ਹੀ ਨਹੀਂ ਲੱਗਦਾ ਕਿੰਨੀ ਜਨਤਾ ਸੇਵਾ ਆ ਜਾਂਦੀ ਹੈ, ਕਿੰਨੇ ਉੱਠ ਜਾਂਦੇ ਆ। ਤਾਂ ਵੀ ਕੋਈ ਨਹੀਂ ਕੱਟਦਾ ਜੀ, ਸ਼ਰਧਾ ਬਹੁਤ ਦੂਰ ਤਿੱਕਰ ਹੈ। ਹੋਰ ਵੀ ਬਾਈ ਕਮੇਟੀ ਵਾਲੇ ਖੜੇ ਆ। ਬਾਈ ਜੀ ਫਿਰ ਆਪਣਾ ਜਲੇਬੀਆਂ ਅਤੇ ਹੋਰ ਪ੍ਰਸ਼ਾਦਿਆਂ ਦਾ ਲੰਗਰ ਹੁੰਦਾ ਜੀ? ਹਾਂ ਜੀ, ਜਲੇਬੀਆਂ ਪ੍ਰਸ਼ਾਦਿਆਂ ਦਾ ਲੰਗਰ ਸਾਰਾ ਹੁੰਦਾ ਜੀ। ਘੱਟ ਤੋਂ ਘੱਟ ਸਾਨੂੰ 25-30 ਸਾਲ ਜਦੋਂ ਦੀ ਸਾਡੀ ਸੁਰਤ ਅਸੈਂਬਲੀ ਉਦੋਂ ਦੇ ਅਸੀਂ ਬਾਬੇ ਦਾ ਭੰਡਾਰਾ ਕਰਦੇ ਆ ਰਹੇ ਹਾਂ। ਐਸਾ ਕੋਈ ਘਰ ਵੀ ਨਹੀਂ ਹੈ ਜਿਹਦੀ ਅਸੀਂ ਭਿਕਸ਼ਾ ਲੈ ਕੇ, ਘਰ ਘਰ ਦੀ ਅਸੀਂ ਭਿਕਸ਼ਾ ਲੈ ਕੇ ਜੋ ਇਹ ਬਾਬਾ ਖੇਤਰਪਾਲ ਜੀ ਦਾ ਭੰਡਾਰਾ ਸੰਪੂਰਨ ਕਰਦੇ ਹਾਂ। ਜਿੰਨਾ ਵੀ ਆਪਣੇ ਦੋਦਾ ਨਗਰ ਦਾ ਜਿੰਨਾ ਵੀ ਆਸਾ ਪਾਸਾ ਜਾਂ ਕੋਈ ਕੋਠੇ ਜਾਂ ਕੋਈ ਕੁਛ ਵੀ ਹੈ ਜਾਂ ਕੋਈ ਬਸਤੀ ਹੈ, ਹਰ ਘਰ ਦੀ ਭਿਕਸ਼ਾ ਲੈ ਕੇ ਹੀ ਜੋ ਇਹ ਬਾਬਾ ਖੇਤਰਪਾਲ ਜੀ ਦਾ ਭੰਡਾਰਾ ਭਾਦੋਂ ਦੀ ਪੁੰਨਿਆ ਦੇ ਵਿੱਚ ਜੋ ਸੰਪੂਰਨ ਕਰਵਾਇਆ ਜਾਂਦਾ ਹੈ। ਔਰ ਸਾਰੇ ਹੀ ਨਗਰ ਨੇ ਇੱਥੇ ਆਉਣਾ ਹੁੰਦਾ, ਜਿੰਨੇ ਵੀ ਆਪਣੇ ਕੋਠੇ ਆ ਜਾਂ ਜਿੰਨਾ ਵੀ ਆਪਣਾ ਦੋਦਾ ਨਗਰ ਆ ਜਾਂ ਕੋਈ ਆਸੇ ਪਾਸੋਂ ਦੂਰੋਂ ਨੇੜਿਓਂ ਵੀ ਚੱਲ ਕੇ ਬਹੁਤ ਸੰਗਤ ਆਉਂਦੀ ਹੈ ਜੀ। ਅਤੇ ਤੁਹਾਡਾ ਬਾਈ ਤੁਸੀਂ ਬਹੁਤ ਵਧਾਈ ਦੇ ਪਾਤਰ ਜੋ ਇੰਨਾ ਪ੍ਰਬੰਧ ਕਰਦੇ ਹਾਂ। ਬਾਬਾ ਖੇਤਰਪਾਲ ਤੁਹਾਡੀ ਸੇਵਾ ਲੇਖੇ ਲਾਵੇ। ਅਤੇ ਦੋਸਤੋ ਇਹ ਪਿੰਡ ਦੋਦਾ ਦੇ ਨਗਰ ਦੇ ਸਾਰੇ ਆਪਾਂ ਬੀਬੀਆਂ ਇੱਧਰ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ, ਉੱਧਰ ਨੌਜਵਾਨ ਭਾਂਡਿਆਂ ਦੀ, ਅਤੇ ਉੱਧਰ ਸਾਹਮਣੇ ਲੰਗਰ ਚੱਲ ਰਿਹਾ ਹੈ। ਅਤੇ ਇਹ ਪਿੰਡ ਦੋਦੇ ਦੀ ਵੀਡੀਓ ਸੀਗੀ ਜੀ।
सेवादार भीर सेवा कर रहे ने भांड्या की सुबह तो लैके हुण तक आ देख सकते हो बाबा खेतरपाल इन्हां दी सेवा लिखे लावे इन्हां नूं चढ़दी कला बाकी।